ਅੱਜ ਆਪਾਂ ਸੈਲਫ ਇਮੇਜ ਸਵੈ ਚਿੱਤਰ ਦੇ ਟੌਪਿਕ ਉੱਪਰ ਗੱਲ ਕਰਨੀ ਹੈ। ਸੈਲਫ ਇਮੇਜ ਕੀ ਹੈ, ਅਸੀਂ ਇਹ ਕਿਵੇਂ ਡਿਵੈਲਪ ਕਰਦੇ ਹਾਂ, ਸੈਲਫ ਇਮੇਜ ਮਹੱਤਵਪੂਰਨ ਇੰਪੋਰਟੈਂਟ ਕਿਉਂ ਹੈ, ਕੁਝ ਉਦਾਹਰਣਾਂ ਡਿਸਕਸ ਕਰਾਂਗੇ ਤੇ ਆਪਣੀ ਸੈਲਫ ਇਮੇਜ ਨੂੰ ਪੋਜ਼ਿਟਿਵ ਕਿਵੇਂ ਕਰ ਸਕਦੇ ਹਾਂ ਇਸ ਬਾਰੇ ਡਿਸਕਸ ਕਰਾਂਗੇ। ਪਹਿਲਾਂ ਸੈਲਫ ਇਮੇਜ ਕੀ ਹੈ। ਸੈਲਫ ਇਮੇਜ ਦੀ ਪੰਜਾਬੀ 'ਚ ਟਰਾਂਸਲੇਸ਼ਨ ਹੈ ਸਵੈ ਚਿੱਤਰ, ਮਤਲਬ ਆਪਣੇ ਪ੍ਰਤੀ ਆਪਣੇ ਮਨ ਦੇ ਅੰਦਰ ਇੱਕ ਚਿੱਤਰ ਬਣਾਉਣਾ ਜਾਂ ਚਿੱਤਰ ਹੋਣਾ। ਅਸੀਂ ਆਪਣੇ ਆਪ ਪ੍ਰਤੀ ਕੀ ਸੋਚਦੇ ਹਾਂ, ਅਸੀਂ ਆਪਣੇ ਆਪ ਨੂੰ ਸਿਆਣਾ, ਸੁੰਦਰ, ਬਦਸੂਰਤ, ਕਾਮਯਾਬ, ਸੈਲਫਿਸ਼, ਕਾਇੰਡ, ਫਾਸਟ, ਸਲੋ, ਜੋ ਵੀ ਕੁਛ ਸਮਝਦੇ ਹਾਂ ਅਸੀਂ ਆਪਣੇ ਆਪ, ਉਹ ਹੈ ਸਾਡੀ ਸੈਲਫ ਇਮੇਜ। ਅਸੀਂ ਇਹ ਸੈਲਫ ਇਮੇਜ ਕਿਵੇਂ ਡਿਵੈਲਪ ਕਰਦੇ ਹਾਂ। ਬਚਪਨ ਦੇ ਵਿੱਚ ਖਾਸ ਕਰਕੇ ਆਪਣੇ ਪੇਰੈਂਟਸ, ਆਪਣੇ ਰਿਸ਼ਤੇਦਾਰ, ਆਪਣੇ ਭੈਣ ਭਰਾ ਆਪਣੇ ਬਾਰੇ ਇੱਕ ਵਿਚਾਰ ਰੱਖਦੇ ਨੇ ਕਿ ਇਹ ਸਾਡਾ ਬੱਚਾ ਇਸ ਤਰ੍ਹਾਂ ਦਾ ਹੈ, ਅਤੇ ਸਾਨੂੰ ਉਸ ਤਰੀਕੇ ਨਾਲ ਦੇਖਦੇ ਨੇ, ਉਸ ਤਰੀਕੇ ਨਾਲ ਸਾਡੇ ਨਾਲ ਗੱਲ ਕਰਦੇ ਨੇ ਜਾਂ ਉਸ ਤਰੀਕੇ ਨਾਲ ਆਪਸ ਦੇ ਵਿੱਚ ਗੱਲ ਕਰਦੇ ਨੇ ਕਿ ਸਾਡਾ ਇਹ ਬੱਚਾ ਇਸ ਤਰ੍ਹਾਂ ਦਾ ਹੈ। ਉਸ ਬਚਪਨ ਦੇ ਵਿੱਚ ਅਸੀਂ ਸਿੱਖਣ ਦੇ ਮੋਡ ਵਿੱਚ ਹੁੰਦੇ ਹਾਂ, ਅਸੀਂ ਇਨਫੋਰਮੇਸ਼ਨ ਨੂੰ ਅਬਜ਼ਰਵ ਕਰ ਰਹੇ ਹੁੰਦੇ ਹਾਂ। ਜੋ ਉਹ ਸੋਚਦੇ ਨੇ ਆਪਣੇ ਆਪ ਨੂੰ ਉਸ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੰਦੇ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਸਾਡਾ ਨਾਮ। ਅਸੀਂ ਆਪਣਾ ਨਾਮ ਪਰਮਾਤਮਾ ਕੋਲੋਂ ਲੈ ਕੇ ਨਹੀਂ ਹੁੰਦੇ, ਸਾਡਾ ਨਾਮ ਸਾਡੇ ਪੇਰੈਂਟਸ ਜਾਂ ਸਾਡੇ ਭੈਣ ਭਰਾ ਰਿਸ਼ਤੇਦਾਰਾਂ ਦੁਆਰਾ ਸਾਨੂੰ ਦਿੱਤਾ ਜਾਂਦਾ ਹੈ। ਅਸੀਂ ਆਪਣੇ ਉਸ ਨਾਮ ਨਾਲ ਇੰਨਾ ਜ਼ਿਆਦਾ ਜੁੜ ਜਾਂਦੇ ਹਾਂ ਕਿ ਜੇਕਰ ਸਾਨੂੰ ਕਿਸੇ ਹੋਰ ਨਾਮ ਨਾਲ ਕੋਈ ਪੁਕਾਰੇ ਤਾਂ ਅਸੀਂ ਚੌਂਕ ਜਾਂਦੇ ਹਾਂ। ਇਸੇ ਤਰ੍ਹਾਂ ਸਾਡੀ ਸੈਲਫ ਇਮੇਜ ਹੈ। ਸੈਲਫ ਇਮੇਜ ਇੰਪੋਰਟੈਂਟ ਕਿਉਂ ਹੈ? ਸੈਲਫ ਇਮੇਜ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਅਸੀਂ ਆਪਣੇ ਸਵੈ ਚਿੱਤਰ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਦੇਖਦੇ ਹਾਂ, ਆਪਣੀਆਂ ਚੀਜ਼ਾਂ ਚੁਣਦੇ ਹਾਂ, ਕੱਪੜੇ ਚੁਣਦੇ ਹਾਂ, ਸਟੱਡੀ ਚੁਣਦੇ ਹਾਂ, ਕੰਮ ਚੁਣਦੇ ਹਾਂ ਅਤੇ ਕੰਮ ਕਰਨ ਦਾ ਤਰੀਕਾ ਚੁਣਦੇ ਹਾਂ। ਦੂਸਰਿਆਂ ਨਾਲ ਗੱਲ ਵੀ ਅਸੀਂ ਆਪਣੀ ਸੈਲਫ ਇਮੇਜ ਦੇ ਅਕੋਰਡਿੰਗ ਹੀ ਕਰਦੇ ਹਾਂ। ਕਈ ਵਾਰ ਇਹ ਹੋ ਜਾਂਦਾ ਹੈ ਕਿ ਕਈ ਚੀਜ਼ਾਂ ਦੇ ਵਿੱਚ ਸਾਡੀ ਸੈਲਫ ਇਮੇਜ ਮਾੜੀ ਹੁੰਦੀ। ਉਦਾਹਰਣ ਵਜੋਂ ਜਦ ਸਟੇਜ 'ਤੇ ਕੋਈ ਗੱਲ ਕਰਨੀ ਹੁੰਦੀ ਹੈ, ਇਹ ਬਹੁਤ ਸਾਰਿਆਂ ਦਾ ਕਾਮਨ ਇੱਕ ਡਰ ਹੈ, ਉਹਨਾਂ ਨੂੰ ਲੱਗਦਾ ਹੈ ਕਿ ਉਹ ਸਟੇਜ 'ਤੇ ਗੱਲ ਨਹੀਂ ਕਰ ਪਾਉਣਗੇ, ਉਹ ਉਹਨਾਂ ਦੀ ਸੈਲਫ ਇਮੇਜ ਹੈ। ਪਰ ਉਹ ਸਿਰਫ ਇੱਕ ਸੈਲਫ ਇਮੇਜ ਹੈ। ਇਸੇ ਤਰ੍ਹਾਂ ਅਸੀਂ ਜੋ ਵੀ ਕੰਮ ਕਰਦੇ ਹਾਂ, ਜੋ ਵੀ ਕੰਮ ਤੁਸੀਂ ਇਸ ਨੂੰ ਸੁਣ ਰਹੇ ਹੋ ਇਸ ਗੱਲ ਨੂੰ, ਜਾਂ ਕੋਈ ਵੀ ਕੰਮ ਤੁਸੀਂ ਕਰਦੇ ਹੋ ਕਿਸੇ ਵੀ ਫੀਲਡ ਦੇ ਵਿੱਚ, ਕਿਸੇ ਨਾਲ ਗੱਲ ਕਰਨਾ ਜਾਂ ਕੁਛ ਵੀ ਕਰਨਾ, ਉਹ ਤੁਸੀਂ ਆਪਣੇ ਸੈਲਫ ਇਮੇਜ ਦੇ ਤਰੀਕੇ ਨਾਲ ਹੀ ਐਕਟ ਜਾਂ ਰਿਐਕਟ ਕਰਦੇ ਹੋ। ਪੋਜ਼ਿਟਿਵ ਸੈਲਫ ਇਮੇਜ ਵਾਲਾ ਆਪਣੀਆਂ ਚੀਜ਼ਾਂ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਵੇਖਦਾ ਹੈ, ਆਪਣੀ ਮਾੜੀ ਚੀਜ਼ ਨੂੰ ਵੀ, ਆਪਣੇ ਮਾੜੇ ਐਸੈਟਸ ਨੂੰ ਵੀ, ਆਪਣੇ ਮਾੜੇ ਦੋਸਤ ਮਿੱਤਰ ਹਰ ਇੱਕ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਦਾ ਹੈ, ਅਤੇ ਉਹ ਆਪਣੀਆਂ ਜਾਂ ਆਲੇ ਦੁਆਲੇ ਦੇ ਲੋਕਾਂ ਦੀਆਂ ਜਾਂ ਆਪਣੇ ਕਿਸੇ ਵੀ ਚੀਜ਼ ਦੀਆਂ ਮਾੜੀਆਂ ਚੀਜ਼ਾਂ 'ਤੇ ਫੋਕਸ ਨਹੀਂ ਕਰਦਾ। ਇਸ ਕਰਕੇ ਉਹ ਆਪਣੀ ਜ਼ਿੰਦਗੀ ਖੁਸ਼ੀ ਦੇ ਨਾਲ ਬਿਤਾਉਂਦਾ ਹੈ। ਪਰ ਇੱਕ ਨੈਗੇਟਿਵ ਸੈਲਫ ਇਮੇਜ ਵਾਲਾ ਇਨਸਾਨ, ਉਹ ਹਰ ਇੱਕ ਚੀਜ਼ ਦੇ ਵਿੱਚ ਫੋਲਟ ਦੇਖਦਾ ਹੈ। ਉਹ ਜੇ ਇਸ ਆਡੀਓ ਨੂੰ ਹੀ ਲੈ ਕੇ ਚੱਲੀਏ, ਇਸ ਆਡੀਓ ਦੇ ਵਿੱਚ ਵੀ ਉਹ ਕੋਈ ਨਾ ਕੋਈ ਫੋਲਟ ਦੇਖੇਗਾ, ਫੋਲਟ ਫਾਈਂਡਰ। ਨੈਗੇਟਿਵ ਇਮੇਜ ਵਾਲੇ ਆਪਣੇ ਆਪ ਅੰਦਰ ਵੀ ਫੋਲਟ ਦੇਖਦਾ ਹੈ ਅਤੇ ਬਾਕੀ ਲੋਕਾਂ ਦੇ ਵਿੱਚ ਵੀ ਸਿਰਫ ਅਤੇ ਸਿਰਫ ਉਹ ਫੋਲਟ ਲੱਭਦਾ ਰਹਿੰਦਾ ਹੈ। ਉਹ ਹੈ ਨੈਗੇਟਿਵ ਇਮੇਜ ਵਾਲਾ ਇਨਸਾਨ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਦੂਸਰੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜਾਂ ਉਹਨਾਂ ਨਾਲ ਅਸੀਂ ਰਿਐਕਟ ਕਰਦੇ ਹਾਂ ਜਾਂ ਉਹਨਾਂ ਦੇ ਫੋਲਟ ਅਸੀਂ ਵਾਰ ਵਾਰ ਲੱਭਾਂਗੇ, ਉਸੇ ਤਰੀਕੇ ਨਾਲ ਉਹ ਵੀ ਸਾਡੇ ਨਾਲ ਐਕਟ ਜਾਂ ਰਿਐਕਟ ਕਰਨਗੇ। ਅਸੀਂ ਸੈਲਫ ਇਮੇਜ ਨੂੰ ਚੇਂਜ ਕਰਦੇ ਰਹਿੰਦੇ ਹਾਂ, ਈਵਨ ਕਿ ਇਹ ਸਾਡੇ ਬਚਪਨ ਦੇ ਵਿੱਚ ਡਿਵੈਲਪ ਹੁੰਦੀ ਹੈ, ਪਰ ਅਸੀਂ 50% ਆਪਣੀ ਸੈਲਫ ਇਮੇਜ ਚੇਂਜ ਕਰਦੇ ਰਹਿੰਦੇ ਹਾਂ। ਸਪੈਸ਼ਲੀ ਜਦੋਂ ਅਸੀਂ ਕਿਸੇ ਨਵੀਂ ਜਗ੍ਹਾ 'ਤੇ ਲੌਂਗ ਟਰਮ ਦੇ ਲਈ ਰਹਿੰਦੇ ਹਾਂ, ਉੱਥੇ ਅਸੀਂ ਆਪਣੀ ਸੈਲਫ ਇਮੇਜ ਨੂੰ ਚੇਂਜ ਕਰ ਪਾਉਂਦੇ ਹਾਂ ਕਿਉਂਕਿ ਅਸੀਂ ਇੱਕ ਨਵੀਂ ਜਗ੍ਹਾ 'ਤੇ ਨਵੇਂ ਤਰੀਕੇ ਨਾਲ ਰਹਿ ਰਹੇ ਹੁੰਦੇ ਹਾਂ, ਅਤੇ ਇਹ ਆਪਣੀ ਉਮਰ ਭਰ ਮਤਲਬ 50% ਚੇਂਜ ਹੁੰਦੀ ਰਹਿੰਦੀ ਹੈ। ਪਰ ਕਈ ਚੀਜ਼ਾਂ ਅਸੀਂ ਮਤਲਬ ਚੇਂਜ ਹੋ ਸਕਦੀਆਂ ਨੇ, ਪਰ ਉਹਨਾਂ ਲਈ ਥੋੜ੍ਹੀ ਜਿਹੀ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ। ਮੇਰੇ ਕੋਲ 17-18 ਪੁਆਇੰਟ ਨੇ ਜਿਹਦੇ ਨਾਲ ਤੁਸੀਂ ਆਪਣੀ ਸੈਲਫ ਇਮੇਜ ਨੂੰ ਚੇਂਜ ਕਰ ਸਕਦੇ ਹੋ। ਸਭ ਤੋਂ ਪਹਿਲਾ ਪੁਆਇੰਟ ਹੈ ਆਪਣੇ ਆਪ ਨੂੰ ਅਕਸੈਪਟ ਕਰਨਾ ਸਿੱਖੋ। ਆਪਣੇ ਆਪ ਨੂੰ ਪਿਆਰ ਕਰਨਾ ਅਤੇ ਆਪਣੇ ਆਪ ਨੂੰ ਅਕਸੈਪਟ ਕਰਨਾ, ਇਹ ਦੋਹੋ ਡਿਫਰੈਂਟ ਕਨਸੈਪਟ ਨੇ। ਆਪਣੇ ਆਪ ਨੂੰ ਅਕਸੈਪਟ ਕਰਨ ਦਾ ਮਤਲਬ ਕਿ ਤੁਸੀਂ ਜੋ ਵੀ ਹੋ, ਤੁਸੀਂ ਆਪਣੇ ਪ੍ਰਤੀ ਤੁਹਾਡੇ ਪ੍ਰਤੀ ਜੋ ਤੁਹਾਡੀ ਸੈਲਫ ਇਮੇਜ ਹੈ, ਉਹ ਜੋ ਵੀ ਹੈ ਉਸਨੂੰ ਸਿੰਪਲੀ ਅਕਸੈਪਟ ਕਰੋ। ਮੈਂ ਜੋ ਹਾਂ, ਪਰਮਾਤਮਾ ਨੇ ਮੈਨੂੰ ਇਸ ਤਰੀਕੇ ਦਾ ਬਣਾਇਆ ਹੈ। ਹਰ ਇੱਕ ਇਨਸਾਨ ਵੱਖਰਾ ਵੱਖਰਾ ਹੁੰਦਾ ਹੈ, ਸਿੰਪਲੀ ਆਪਣੇ ਆਪ ਨੂੰ ਅਕਸੈਪਟ ਕਰੋ। ਦੂਸਰੇ ਨੰਬਰ 'ਤੇ, ਜੋ ਤੁਹਾਡੇ ਅੰਦਰ ਚੰਗੀਆਂ ਚੀਜ਼ਾਂ ਨੇ, ਤੁਹਾਨੂੰ ਚੰਗੀਆਂ ਚੀਜ਼ਾਂ ਲੱਗਦੀਆਂ ਨੇ, ਉਹਨਾਂ ਦੀ ਇੱਕ ਲਿਸਟ ਬਣਾਓ। ਜੋ ਤੁਹਾਨੂੰ ਤੁਹਾਡੀਆਂ ਚੰਗੀਆਂ ਚੀਜ਼ਾਂ
ਚੀਜ਼ਾਂ ਲੱਗਦੀਆਂ ਨੇ, ਉਹਨਾਂ ਦੀ ਇੱਕ ਲਿਸਟ ਬਣਾਓ। ਇਸ ਦੇ ਨਾਲ ਕੀ ਹੋਏਗਾ ਕਿ ਤੁਸੀਂ ਆਪਣੇ ਆਪ ਨੂੰ ਖੋਜਣਾ ਸ਼ੁਰੂ ਕਰੋਗੇ, ਤੁਸੀਂ ਆਪਣੇ ਮਨ ਦੀ ਗਹਿਰਾਈ ਅੰਦਰ ਜਾਓਗੇ। ਜੇ ਤੁਸੀਂ ਚੰਗੀਆਂ ਚੀਜ਼ਾਂ ਦੀ ਲਿਸਟ ਬਣਾਓਗੇ ਤੁਹਾਡੇ ਸਾਹਮਣੇ ਮਾੜੀਆਂ ਚੀਜ਼ਾਂ ਵੀ ਆਉਣੀਆਂ, ਪਰ ਤੁਸੀਂ ਲਿਸਟ ਬਣਾਉਣੀ ਸਿਰਫ ਚੰਗੀਆਂ ਚੀਜ਼ਾਂ। ਅਤੇ ਹਰ ਇੱਕ ਇਨਸਾਨ ਦੇ ਵਿੱਚ ਬਹੁਤ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਨੇ। ਤੀਸਰਾ ਨੰਬਰ ਹੈ ਆਪਣੀ ਜ਼ਿੰਦਗੀ ਦੀਆਂ ਉਹ ਘਟਨਾਵਾਂ ਜਿਹਦੇ ਤੁਸੀਂ ਕੋਈ ਚੰਗਾ ਕੰਮ ਕੀਤਾ ਸੀ ਜਾਂ ਤੁਹਾਨੂੰ ਹਜੇ ਤੱਕ ਖੁਸ਼ੀ ਵਾਲੀਆਂ ਕੋਈ ਵੀ ਘਟਨਾਵਾਂ ਜਿਹੜੀਆਂ ਵਧੀਆ ਸੀ ਉਹ ਤੁਹਾਨੂੰ ਯਾਦ ਨੇ। ਫੋਰ ਐਗਜ਼ਾਮਪਲ, ਤੁਸੀਂ ਕਿਸੇ ਗਰੀਬ ਨੂੰ ਰੋਟੀ ਦਿੱਤੀ ਸੀ, ਜਾਂ ਤੁਸੀਂ ਕਿਸੇ ਆਪਣੇ ਦੋਸਤ ਦੀ ਮਦਦ ਕੀਤੀ ਸੀ, ਤੁਸੀਂ ਆਪਣੇ ਮੰਮੀ ਡੈਡੀ ਦੀ ਮਦਦ ਕੀਤੀ ਸੀ, ਆਪਣੇ ਰਿਸ਼ਤੇਦਾਰ ਜਾਂ ਕੋਈ ਮੈਥ ਦੀ ਵੱਡੀ ਪ੍ਰੋਬਲਮ ਸੋਲਵ ਕੀਤੀ ਸੀ, ਜਾਂ ਕਲਾਸ ਦੇ ਵਿੱਚ ਖੜ ਕੇ ਲੈਕਚਰ ਦਿੱਤਾ ਸੀ, ਜਾਂ ਉਹਨਾਂ ਦੀ ਇੱਕ ਲਿਸਟ ਬਣਾਓ। ਉਸ ਦੇ ਨਾਲ ਕੀ ਹੋਏਗਾ ਕਿ ਤੁਸੀਂ ਆਪਣੇ ਪਾਸਟ ਬਾਰੇ ਵੀ ਸੋਚੋਗੇ ਅਤੇ ਆਪਣੇ ਮਨ ਦੀ ਗਹਿਰਾਈ ਅੰਦਰ ਜਾਓਗੇ। ਚੌਥਾ ਨੰਬਰ ਤੋਂ ਇੱਕ ਆਪਣੀ ਜ਼ਿੰਦਗੀ ਦੇ ਬਾਰੇ ਗ੍ਰੇਟਫੁਲ ਹੋਣਾ, ਮਤਲਬ ਧੰਨਵਾਦੀ ਹੋਣਾ ਹਰ ਇੱਕ ਚੀਜ਼ ਨੂੰ ਲੈ ਕੇ। ਤੁਹਾਡੇ ਦੋ ਹੱਥ ਨੇ, ਦੋ ਕੰਨ ਨੇ, ਅੱਖਾਂ ਨੇ, ਮੂੰਹ ਹੈ, ਜਾਂ ਬੇਸ਼ੱਕ ਤੁਹਾਡਾ ਇੱਕ ਹੱਥ ਹੈ, ਇੱਕ ਹੱਥ ਤੇ ਹੈ ਨਾ ਤੁਹਾਡੇ ਕੋਲ, ਜੋ ਵੀ ਤੁਹਾਡੇ ਕੋਲ ਹੈ, ਬੇਸ਼ੱਕ ਤੁਹਾਡੇ ਕੋਲ ਸੌ ਰੁਪਈਆ ਤੁਹਾਡੇ ਕੋਲ 100 ਰੁਪਈਆ ਤਾਂ ਹੈਗਾ ਨਾ, ਤੁਸੀਂ ਰੋਟੀ ਖਾਧੀ, ਤੁਹਾਡੇ ਕੋਲ ਕਾਰ ਹੈ, ਬੇਸ਼ੱਕ ਉਹ ਛੋਟਾ ਕਾਰ ਹੈ, ਉਹਦੇ ਲਈ ਇੱਕ ਧੰਨਵਾਦੀ ਹੋਣਾ। ਇਸ ਚੀਜ਼ ਦੀ ਆਦਤ ਸ਼ੁਰੂ ਕਰੋ। ਘੱਟ ਹੋਣਾ ਜਾਂ ਜ਼ਿਆਦਾ ਹੋਣਾ, ਇਸ ਸੰਸਾਰ ਦੀ ਕੋਈ ਲਿਮਿਟ ਨਹੀਂ ਹੈ, ਇਹ ਬ੍ਰਹਿਮੰਡ ਹੈ ਜੋ ਯੂਨੀਵਰਸ ਹੈ ਬਹੁਤ ਬਹੁਤ ਜ਼ਿਆਦਾ ਵੱਡਾ ਹੈ, ਜੋ ਵੀ ਤੁਹਾਡੇ ਕੋਲ ਹੈ ਉਹਦੇ ਲਈ ਧੰਨਵਾਦੀ ਹੋਵੋ। ਪੰਜਵਾਂ ਨੰਬਰ ਹੈ ਕੁਛ ਨਵਾਂ ਸਿੱਖੋ, ਬੇਸ਼ੱਕ ਥੋੜ੍ਹਾ ਜਿਹਾ ਕੋਈ ਨਵਾਂ ਸਿੱਖੋ ਪਰ ਕੋਈ ਨਵਾਂ ਸਿੱਖੋ। ਤੁਸੀਂ ਇਹ ਆਡੀਓ ਸੁਣਦੇ ਪਏ ਹੋ ਸਕਦਾ ਤੁਹਾਨੂੰ ਸਾਰੀਆਂ ਚੀਜ਼ਾਂ ਪਤਾ ਵੀ ਹੋਣ, ਪਰ ਇਹਦੇ ਵਿੱਚੋਂ ਵੀ ਇੱਕ ਚੀਜ਼ ਵੀ ਸਿੱਖ ਲਓ, ਕੁਛ ਨਾ ਕੁਛ ਨਵਾਂ ਸਿੱਖੋ, ਕੁਛ ਨਾ ਕੁਛ ਛੋਟਾ ਜਾਂ ਵੱਡਾ ਨਵਾਂ ਸਿੱਖੋ। ਸਿਰਫ ਇਨਸਾਨ ਹੀ ਸਿੱਖ ਸਕਦਾ ਹੈ, 84 ਲੱਖ ਜੂਨਾਂ ਦੇ ਵਿੱਚੋਂ ਸਿਰਫ ਇਨਸਾਨ ਹੀ ਹੈ ਜੋ ਆਪਣੇ ਆਪ ਸਿੱਖ ਸਕਦਾ, ਬਾਕੀ ਜਾਨਵਰਾਂ ਨੂੰ ਜਾਂ ਬਾਕੀ ਜੂਨਾਂ ਨੂੰ ਸਾਨੂੰ ਸਿਖਾਉਣਾ ਪੈਂਦਾ, ਪਰ ਇਨਸਾਨ ਆਪਣੇ ਆਪ ਸਿੱਖਦਾ ਹੈ, ਸਿੱਖੋ। ਛੇਵਾਂ ਨੰਬਰ, ਦੂਸਰੇ ਲੋਕਾਂ ਦੀ ਮਦਦ ਕਰੋ, ਜਿਹੜੇ ਲੋਕਾਂ ਨੂੰ ਲੋੜ ਹੈ ਉਹਨਾਂ ਦੀ ਮਦਦ ਕਰੋ, ਜਿਨ੍ਹਾਂ ਨੂੰ ਨਹੀਂ ਵੀ ਲੋੜ ਉਹਨਾਂ ਨੂੰ ਮਦਦ ਲਈ ਔਫਰ ਕਰੋ ਕਿ ਮੈਂ ਕਿਸੇ ਪ੍ਰਕਾਰ ਦੀ ਤੁਹਾਡੀ ਮਦਦ ਕਰ ਸਕਦਾ। 7ਵਾਂ ਨੰਬਰ, ਆਪਣੇ ਦੋਸਤਾਂ, ਮਿੱਤਰਾਂ ਨੂੰ, ਭੈਣ ਭਰਾਵਾਂ ਨੂੰ, ਆਪਣੇ ਪੇਰੈਂਟਸ ਨੂੰ ਆਪਣੀਆਂ ਚੰਗੀਆਂ ਕੁਆਲਿਟੀਜ਼ ਬਾਰੇ ਪੁੱਛੋ ਅਤੇ ਉਹਨਾਂ ਦੀ ਲਿਸਟ ਬਣਾਓ। ਦੂਸਰਿਆਂ ਨੂੰ ਪੁੱਛੋ ਉਹਨਾਂ ਨੂੰ ਤੁਹਾਡੇ ਅੰਦਰ ਕੀ ਚੰਗਾ ਲੱਗਦਾ ਹੈ, ਹੋ ਸਕਦਾ ਉਹ ਤੁਹਾਨੂੰ ਮਾੜਾ ਵੀ ਦੱਸ ਦੇਣ, ਪਰ ਚੰਗੇ 'ਤੇ ਫੋਕਸ ਕਰੋ ਕਿ ਉਹ ਤੁਹਾਨੂੰ ਚੰਗਾ ਕੀ ਦੱਸਦੇ ਨੇ। 8ਵਾਂ ਨੰਬਰ ਹੈ ਆਪਣੇ ਗੋਲ ਸੈੱਟ ਕਰੋ, ਅਗਲੇ ਸਾਲ ਤੱਕ ਮੈਂ ਇਹ ਚੀਜ਼ ਅਚੀਵ ਕਰਨੀ ਹੈ, ਇਹ ਚੀਜ਼ ਹਾਸਲ ਕਰਨੀ ਹੈ, ਜਾਂ ਅਗਲੇ 5 ਸਾਲ ਤੱਕ ਮੈਂ ਚੀਜ਼ ਅਚੀਵ ਕਰਨੀ ਹੈ। ਆਪਣੇ ਸ਼ੋਰਟ ਟਰਮ ਗੋਲ ਬਣਾਓ ਜਿਹੜੇ ਕਿ ਅਗਲੇ ਤੁਸੀਂ 2-3 ਮਹੀਨਿਆਂ 'ਚ ਪ੍ਰਾਪਤ ਕਰਨਾ ਚਾਹੁੰਦੇ ਹੋ, ਅਤੇ ਆਪਣੇ ਲੌਂਗ ਟਰਮ ਗੋਲ ਬਣਾਓ ਜਿਹੜੇ ਕਿ ਤੁਸੀਂ ਆਉਣ ਵਾਲੇ 5-6 ਸਾਲ ਤੱਕ ਹਾਸਲ ਕਰਨਾ ਚਾਹੁੰਦੇ ਹੋ। ਤੁਸੀਂ ਘਰ ਬਾਏ ਕਰਨਾ ਚਾਹੁੰਦੇ ਹੋ, ਜੋਬ ਕਰਨਾ ਚਾਹੁੰਦੇ ਹੋ, ਡਿਗਰੀ ਕਰਨਾ ਚਾਹੁੰਦੇ ਹੋ, ਕੁਛ ਵੀ ਗੋਲ ਬਣਾਓ। ਬਚਪਨ ਦੇ ਵਿੱਚ ਕਿਹੜੀਆਂ ਐਸੀਆਂ ਘਟਨਾਵਾਂ ਹੋਈਆਂ ਸਨ ਜਿਹਦੇ ਕਰਕੇ ਤੁਹਾਡੀ ਨੈਗੇਟਿਵ ਸੈਲਫ ਇਮੇਜ, ਪੋਜ਼ਿਟਿਵ ਵੀ ਹੋਏਗੀ ਪਰ ਨੈਗੇਟਿਵ ਕਿਉਂ ਹੈ ਜਾਂ ਪੋਜ਼ਿਟਿਵ ਵੀ ਇਹਦੇ ਕਿਉਂ ਹੈ, ਬਚਪਨ ਦੇ ਵਿੱਚ ਐਸੀ ਕਿਹੜੀ ਘਟਨਾ ਨੇ ਤੁਹਾਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਤੁਸੀਂ ਆਪਣੇ ਆਪ ਬਾਰੇ ਜੋ ਵੀ ਸੋਚਦੇ ਹੋ ਤੁਸੀਂ ਉਹ ਸੋਚਦੇ ਹੋ। ਬਚਪਨ ਦੀਆਂ ਉਹਨਾਂ ਘਟਨਾਵਾਂ ਨੂੰ ਚੇਤੇ ਕਰੋ ਅਤੇ ਉਹਨਾਂ ਨੂੰ ਤੋਲੋ, ਕਿੰਨੀ ਕੁ ਸੱਚ ਸੀ ਜਾਂ ਕਿੰਨੀ ਕੁ ਝੂਠ ਸੀ। ਹੋ ਸਕਦਾ ਕੋਈ ਤੁਹਾਡਾ ਨਿਕਨੇਮ ਰੱਖਿਆ ਹੋਵੇ, ਤੁਹਾਡੇ ਭੈਣ ਭਰਾਵਾਂ ਨੇ, ਉਹਨਾਂ ਨੇ ਕਿਸੇ ਕਾਰਨ ਕਰਕੇ ਰੱਖਿਆ ਹੋਵੇ, ਪਰ ਉਹਨਾਂ ਨੂੰ ਸੋਚੋ ਕਿ ਇਹ ਮਤਲਬ ਵਾਕਈ ਸੱਚ ਹੈ, ਮਤਲਬ ਜਾਂ ਵੈਸੇ ਉਹਨਾਂ ਨੇ ਰੱਖਤਾ। ਆਪਣੇ ਆਪ ਨੂੰ ਕਿਸੇ ਵੀ ਨਾਲ ਕੰਪੇਅਰ ਨਾ ਕਰੋ, ਅਗਲਾ ਇਹ ਕਿ ਆਪਣਾ ਜੋ ਆਪ ਤੁਹਾਡੇ ਅੰਦਰ ਜੇ ਕੋਈ ਵੀਕਨੈਸ ਹੈ ਉਹਨੂੰ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰੋ। ਪਲੈਨ ਬਣਾਓ ਜਾਂ ਰਿਸਰਚ ਕਰੋ ਕਿ ਤੁਸੀਂ ਆਪਣੇ ਵੀਕ ਪੁਆਇੰਟ ਨੂੰ ਸਟਰੋਂਗ ਕਿਵੇਂ ਬਣਾ ਸਕਦੇ ਹੋ। ਕੋਈ ਵੀ ਤੁਹਾਡੀ ਵੀਕ ਪੁਆਇੰਟ ਹੈ ਉਹਨੂੰ ਤੁਸੀਂ ਸਟਰੋਂਗ ਕਿਵੇਂ ਬਣਾ ਸਕਦੇ ਹੋ। ਕਿਤਾਬ ਪੜ੍ਹ ਕੇ, ਯੂਟਿਊਬ 'ਤੇ ਸਰਚ ਕਰਕੇ, ਨੈੱਟ 'ਤੇ ਸਰਚ ਕਰਕੇ, ਜਾਂ ਕਿਸੇ ਆਪਣੇ ਗੁਰੂ ਨੂੰ ਪੁੱਛ ਕੇ, ਜਾਂ ਤੁਸੀਂ ਆਪਣੇ ਵੀਕ ਪੁਆਇੰਟ ਨੂੰ ਸਟਰੋਂਗ ਬਣਾਓ ਅਤੇ ਜਿਹੜੇ ਤੁਹਾਡੇ ਆਲਰੇਡੀ ਸਟਰੋਂਗ ਪੁਆਇੰਟ ਨੇ ਉਹਨਾਂ ਨੂੰ ਹੋਰ ਵੀ ਸਟਰੋਂਗ ਬਣਾਓ। ਆਪਣੇ ਆਪ ਬਾਰੇ, ਆਪਣੇ ਆਪ ਨਾਲ ਤੁਸੀਂ ਜੋ ਗੱਲਾਂ ਕਰਦੇ ਹੋ ਉਹ ਪੋਜ਼ਿਟਿਵ ਕਰੋ। ਕਹਿਣ ਦਾ ਭਾਵ ਕਿ ਤੁਸੀਂ ਜੋ ਵੀ ਸੋਚਦੇ ਹੋ, ਮੰਨ ਲਓ ਤੁਹਾਡੀ ਕਿਸੇ ਨਾਲ ਕਿਸੇ ਪ੍ਰਕਾਰ ਦੀ ਕੋਈ ਥੋੜ੍ਹਾ ਝਗੜਾ ਹੈ ਛੋਟਾ ਜਿਹਾ, ਸੋ ਦੂਸਰੇ ਬੰਦੇ ਬਾਰੇ ਵੀ ਨੈਗੇਟਿਵ ਨਾ ਸੋਚੋ, ਮਾੜਾ ਨਾ ਸੋਚੋ ਦੂਸਰੇ ਬਾਰੇ ਵੀ। ਦੂਸਰੇ ਬਾਰੇ ਵੀ ਜੇ ਕੋਈ ਨੈਗੇਟਿਵ ਗੱਲ ਹੈ ਉਹਨੂੰ ਇਗਨੋਰ ਕਰੋ, ਆਪਣੇ ਬਾਰੇ ਪੋਜ਼ਿਟਿਵ ਸੋਚੋ, ਆਪਣੀਆਂ ਗਲਤੀਆਂ ਨੂੰ ਭੁੱਲੋ, ਦੂਸਰਿਆਂ ਦੀ ਗਲਤੀਆਂ ਨੂੰ ਵੀ ਭੁੱਲੋ ਅਤੇ ਆਪਣੀਆਂ ਗਲਤੀਆਂ ਨੂੰ ਵੀ ਭੁੱਲੋ। ਤੋਂ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਹਰ ਇੱਕ ਇਨਸਾਨ ਵੱਖਰਾ ਹੈ, ਹਰ ਇੱਕ ਇਨਸਾਨ ਦੇ ਫਿੰਗਰ ਪ੍ਰਿੰਟ ਜਿਸ
ਜਿਸ ਤਰ੍ਹਾਂ ਵੱਖਰੇ ਵੱਖਰੇ ਨੇ, ਉਸੇ ਤਰ੍ਹਾਂ ਹਰ ਇੱਕ ਇਨਸਾਨ ਵੱਖਰਾ, ਹਰ ਇੱਕ ਦਰਖਤ ਦਾ ਹਰ ਇੱਕ ਪੱਤਾ ਵੱਖਰਾ ਵੱਖਰਾ ਹੈ। ਉਸੇ ਤਰੀਕੇ ਨਾਲ ਅਸੀਂ ਸਾਰੇ ਹਜ਼ਾਰਾਂ ਕਰੋੜਾਂ ਅਰਬਾਂ ਜੀਵ, ਅਸੀਂ ਸਭ ਵੱਖਰੇ ਵੱਖਰੇ ਹਾਂ। ਇਹ ਸਭ ਤੋਂ ਜਿਹੜਾ ਸਟਰੋਂਗ ਪੁਆਇੰਟ ਇਹ ਹੈ ਕਿ ਅਸੀਂ ਵੱਖਰੇ ਵੱਖਰੇ ਹਾਂ, ਹਰ ਇੱਕ ਇਨਸਾਨ ਵੱਖਰਾ ਹੈ। ਪੋਜ਼ਿਟਿਵ ਕਰ ਦਿੰਦਾ ਹੈ ਕਿ ਅਸੀਂ ਨਾ ਤਾਂ ਕਿਸੇ ਨੂੰ ਕਿਸੇ ਨਾਲ ਕੰਪੇਅਰ ਕਰਨਾ, ਉਹਨਾਂ ਦੇ ਵੀ ਕੁਝ ਨੈਗੇਟਿਵ ਪੁਆਇੰਟ ਨੇ, ਉਹਨਾਂ ਦੇ ਵੀ ਕੁਝ ਪੋਜ਼ਿਟਿਵ ਪੁਆਇੰਟ ਨੇ, ਇਸੇ ਤਰ੍ਹਾਂ ਮੇਰੇ ਵੀ ਕੁਝ ਨੈਗੇਟਿਵ ਪੁਆਇੰਟ ਨੇ ਅਤੇ ਮੇਰੇ ਵੀ ਕੁਝ ਪੋਜ਼ਿਟਿਵ ਪੁਆਇੰਟ ਨੇ। ਇਸ ਤਰੀਕੇ ਨਾਲ ਸੋਚੋ, ਸਿੰਪਲੀ ਅਸੀਂ ਸਾਰੇ ਇੱਕ ਸਾਰ ਨਹੀਂ ਹੈਗੇ, ਅਸੀਂ ਸਾਰੇ ਵੱਖਰੇ ਵੱਖਰੇ ਹਾਂ। ਅਗਲਾ ਪੁਆਇੰਟ, ਤੁਹਾਡੀ ਮੰਨ ਲਓ 15 ਸਾਲ ਉਮਰ ਹੈ ਜਾਂ 20 ਸਾਲ ਹੈ ਜਾਂ 30 ਸਾਲ ਹੈ, ਤੁਸੀਂ ਹੁਣ ਤੱਕ ਕਿੰਨੀ ਦੂਰ ਆ ਚੁੱਕੇ ਹੋ? ਤੁਸੀਂ ਆਪਣੀ ਜ਼ਿੰਦਗੀ ਦੇ ਮੰਨ ਲਓ 30 ਸਾਲ ਗੁਜ਼ਾਰੇ ਨੇ, ਤੁਸੀਂ 30 ਸਾਲ ਦੀ ਦੂਰੀ ਤੱਕ ਆ ਚੁੱਕੇ ਹੋ। ਤੁਸੀਂ ਜੇ ਕੋਈ ਸਟੱਡੀ ਕੀਤੀ ਹੈ, ਤੁਸੀਂ ਉਹ ਸਟੱਡੀ ਕੀਤੀ ਹੈ ਜਾਂ ਤੁਸੀਂ ਕੋਈ ਕੰਮ ਕਰਦੇ ਹੋ, ਤੁਸੀਂ ਇੱਕ ਸਫ਼ਰ ਤੈਅ ਕਰਕੇ ਇਸ ਜਗ੍ਹਾ 'ਤੇ ਬੈਠੇ ਹੋਏ ਹੋ, ਅਤੇ ਜੇ ਤੁਸੀਂ ਕਿਸੇ ਕਾਬਲ ਹੋ ਤਾਂ ਹੀ ਤੁਸੀਂ ਇਹ ਸਫ਼ਰ ਤੈਅ ਕੀਤਾ ਹੈ। ਤੁਸੀਂ ਜਿੱਥੇ ਹੋ, ਬੇਸ਼ੱਕ ਤੁਸੀਂ ਤੁਹਾਡੇ ਕੋਲ ਥੋੜ੍ਹਾ ਹੈ ਜਾਂ ਜ਼ਿਆਦਾ ਹੈ, ਤੁਸੀਂ ਆਪ ਇਸ ਮੁਕਾਮ 'ਤੇ ਪਹੁੰਚੇ ਹੋ। ਓਬੀਅਸਲੀ ਸਾਨੂੰ ਸਾਡੇ ਦੋਸਤ, ਮਿੱਤਰ, ਭੈਣ ਭਰਾ, ਪੇਰੈਂਟਸ ਸਾਰੇ ਮਦਦ ਕਰਦੇ ਨੇ, ਟੀਚਰ। ਸਭ ਤੋਂ ਜ਼ਿਆਦਾ ਯੋਗਦਾਨ ਜਿੱਥੇ ਤੁਸੀਂ ਹੋ ਤੁਹਾਡਾ ਹੈ, ਅਤੇ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਹਨ। ਇੱਕ ਬਹੁਤ ਜਦੋਂ ਰਿਚ ਇਨਸਾਨ ਹੈ ਵੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਉਤਾਰ ਚੜਾਵ ਹਰ ਇੱਕ 2 ਮਹੀਨੇ ਬਾਅਦ, 3 ਮਹੀਨੇ ਬਾਅਦ ਆਉਂਦੇ ਰਹਿੰਦੇ ਹਨ। ਇਹ ਹੀ ਦੋਸਤੋ ਆਪਣੀ ਸੈਲਫ ਇਮੇਜ ਬਾਰੇ ਓਡੀਓ। ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਕੀ ਚੀਜ਼ ਐਡ ਕਰਨਾ ਚਾਹੁੰਦੇ ਹੋ ਇਸ ਓਡੀਓ ਵਿੱਚ, ਅਤੇ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ, ਅਤੇ ਨੈਕਸਟ ਟੌਪਿਕ ਆਪਾਂ ਕਿਹੜਾ ਲੈ ਕੇ ਆਈਏ। ਥੈਂਕ ਯੂ ਸੋ ਮੱਚ। ਗੋਡ ਬਲੈਸ ਯੂ।